ਰੈਲੀਆਂ ਹੁੰਦੀਆਂ ਨੇ ਨਸ਼ੇ ਦੇ ਖਿਲਾਫ ਜਦਕਿ ਹੋਣਾ ਐਕਸ਼ਨ ਚਾਹੀਦਾ ਅਰਦਾਸਾਂ ਹੁੰਦੀਆਂ ਨੇ ਜਿਹੜੀ ਅਰਦਾਸ 1.5 ਸਾਲ ਪਹਿਲਾਂ ਕਰਕੇ ਸ਼ੁਰੂਆਤ ਕਰ ਲੈਣੀ ਚਾਹੀਦੀ ਸੀ ਉਹ ਅਰਦਾਸ 1.5 ਸਾਲ ਬਾਅਦ ਜਾ ਕੇ ਹੁੰਦੀ ਹੈ ਸਰਕਾਰ ਨੂੰ ਰੈਲੀਆਂ ਕਰਨੀਆਂ ਚਾਹੀਦੀਆਂ ਨੇ ਜਾਂ ਐਕਸ਼ਨ ਕਰਨਾ ਚਾਹੀਦਾ ਸਰਕਾਰ ਦਾ ਕੰਮ ਕੀ ਹੈ ਆ ਜਿਹੜਾ ਜਿਹੜਾ ਡਰਾਮੇ ਬਾਜੀ ਛੱਡੀ ਜਾਏ ਕਦੀ ਸਾਈਕਲ ਰੈਲੀ ਆ ਕੱਲ ਨੂੰ ਦੰਗਲ ਰੱਖ ਦੇਣਗੇ ਪਟਸਨ ਨੂੰ ਕੋਈ ਫੁੱਟਬਾਲ ਕਬੱਡੀ ਆ ਜਾ ਮੇਰੇ ਨਾਲ ਖੇਡ ਲਾ ਅਸੀਂ ਨਸ਼ਾ ਕਦਮ ਕਰਨਾ ਇਹੋ ਜੇ ਇਹ ਇੱਕ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਆ ਟਾਈਮ ਪਾਸ ਕਰਨ ਵਾਲੀ ਆ ਮੀਡੀਆ ਦੇ ਵਿੱਚ ਇੱਕ ਖਬਰ ਬਣਾਉਣ ਤੋਂ ਇਲਾਵਾ ਕੁਝ ਨਹੀਂ ਇਹ ਅਰਦਾਸ ਕਰਦਾ ਮਤਲਬ ਦਰਬਾਰ ਸਾਹਿਬ ਦੇ ਵਿੱਚ ਪਤਾ ਨਹੀਂ ਕਿੰਨੇ 35000 ਬੱਚੇ ਗਏ ਰਹੇ ਸੀ ਉਹਨਾਂ ਦਾ ਟਾਈਮ ਕਿਉਂ ਬਰਬਾਦ ਕਰਦੇ ਆ ਤੁਸੀਂ ਸਕੂਲਾਂ ਦੇ ਵਿੱਚ ਇਹ ਅਰਦਾਸ ਕਰਾ ਦਿਓ ਰੱਬ ਕਿੱਥੇ ਨਹੀਂ ਹੈ ਰੱਬ ਤੁਹਾਡੇ ਅੰਦਰ ਨਹੀਂ ਹੈ ਜਾਂ ਰੱਬ ਸਕੂਲ ਦੇ ਅੰਦਰ ਨਹੀਂ ਹੈ ਨਸ਼ਿਆਂ ਪ੍ਰਤੀ ਇਹਨਾਂ ਦਾ ਇਹ ਜੋ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਸਰਕਾਰ ਦਾ ਸੀ ਉਹੋ ਹੀ ਕੈਪਟਨ ਅਮਰਿੰਦਰ ਦਾ ਸੀ ਤੇ ਉਹੋ ਹੀ ਭਗਵੰਤ ਮਾਨ ਦੀ ਸਰਕਾਰ ਦਾ ਟਰੌੜਾ ਪੈ ਗਿਆ ਜਦੋਂ ਦੂਜੀ ਵਾਰੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਆਈ ਆ ਕਿ ਨਸ਼ਾ ਬਹੁਤ ਇਹਨਾਂ ਨੇ ਨਸ਼ਾ ਫਲਾਤਾ ਬਹੁਤ ਉਹ ਕਹਿੰਦੇ ਜੀ ਹੁਣੇ ਦੂਰ ਕਰ ਦਿੰਨੇ ਆ 50 55 ਹਜ਼ਾਰ ਮੁੰਡੇ ਫੜ ਕੇ ਜੇਲ੍ਹ ਚ ਦੇ ਦਿੱਤੇ ਕੈਪਟਨ ਅਮਰਿੰਦਰ ਆ 40 45000 ਉਹਨੇ ਵੀ ਅੰਦਰ ਦਿੱਤੇ ਇਹਨਾਂ ਨੂੰ ਪੁੱਛ ਲਓ ਕਹਿੰਦੇ ਜੀ ਅਸੀਂ 15000 ਐਫਆਈਆਰਾਂ ਦਰਜ ਕਰਤੀਆਂ 20000 ਬੰਦੇ ਅਸੀਂ ਅੰਦਰ ਦੇਦੇ 60 ਕਰਦੇ ਹੋ ਫਿਰ ਕਿਉਂਕਿ ਉਹਨਾਂ ਨਾਲ ਅੱਗੇ ਲੰਘ ਜਣਾ ਕਿਉਂਕਿ ਨਸ਼ਾ ਖਤਮ ਕਰਨਾ 2017 ਦੀ ਇੱਕ ਕੇਜਰੀਵਾਲ ਦੀ ਪੰਜਾਬ ਦੀ ਵੀਡੀਓ ਹੈ ਉਹਦੇ ਜੋ ਕਹਿੰਦੀ ਆ ਕਿ ਜੀ ਸਾਨੂੰ ਤੁਸੀਂ ਸੱਤਾ ਦੇ ਦਿਓ 17 ਤੋਂ ਪਹਿਲਾਂ ਸੱਤਾ ਤੋਂ ਕਿ ਅਸੀਂ ਫਿਰ ਤੁਹਾਨੂੰ ਵੀ ਜਾਂ 21 April ਦੀ ਡੇਟ ਵੀ ਦਿੰਦਾ ਨਾਲ ਕਿ ਵਜੀਠੀਆ ਜਿਹੜਾ ਘਰ ਘਰ ਨਸ਼ਾ ਪਚਾਰਿਆ ਅਸੀਂ ਉਸ ਨੂੰ ਜੇਲ੍ਹ ਚ ਪਿਆਂਗੇ ਜਦ ਇਹ ਗੱਲ ਕਹਿ ਰਿਹਾ ਕਿ ਮੈਂ ਤਰੀਕ ਵੀ ਦਿੰਨਾ ਇਹਦਾ ਮਤਲਬ ਉਹਦੀ ਇੰਟੈਂਸ਼ਨ ਵੋਟਾਂ ਲੈਣੀਆਂ ਪ੍ਰਭਾਵਿਤ ਕਰਕੇ ਨਸ਼ਾ ਖਤਮ ਕਰਨਾ ਨਹੀਂ ਕਿ ਇਹ ਉਹਦੇ ਚੇਲੇ ਆ ਉਹਦੇ ਪਛੜੇ ਆ ਭਗਵੰਤ ਮਾਨ ਹੁਣੀ ਜਾਂ ਸਾਰੇ ਉਸੇ ਪਾਰਟੀ ਦੇ ਆ ਗੁਰੂ ਜਿਨ੍ਹਾਂ ਦੇ ਟੱਪਨੇ ਦੇ ਚੇਲੇ ਜਾਨ ਛੜਾਪ ਇਹਦੇ ਉਦੋਂ ਵੀ ਅਗਲੀ ਕਹਿ ਦੇਣਗੇ ਕਿ ਅਸੀਂ ਤੇ ਪਾਕਿਸਤਾਨ ਦਾ ਵੀ ਨਸ਼ਾ ਖਤਮ ਕਰ ਦਾਂਗੇ ਇੱਥੇ ਦਾ ਹੀ ਤੁਸੀਂ ਕੀ ਕਹਿੰਦੇ ਅਸੀਂ ਸਾਰੇ ਇੰਡੀਆ ਦੀ ਸਾਡੇ ਕੋਲ ਸਟ੍ਰੈਟਜੀ ਆਗੀ ਮੂੰਹ ਬਣਾ ਕੇ ਗੱਲਾਂ ਹੀ ਕਰਨੀਆਂ ਕੋਈ ਧਰਾਤਲ ਤੇ ਕੰਮ ਥੋੜੀ ਕਰਨਾ ਭਗਵੰਤ ਸਿੰਘ ਮਾਨ ਜਦੋਂ ਸੀਐਮ ਨਹੀਂ ਸੀ ਹੁੰਦੇ ਇਹਨਾਂ ਦੀ ਇੱਛਾ ਸ਼ਕਤੀ ਇਹ ਹੁੰਦੀ ਸੀ ਕਿ ਨਸ਼ਾ ਕਿਵੇਂ ਵਿਕਜੂਗਾ ਜੀ ਸਬੰਧਤ ਥਾਣੇ ਦੇ ਐਸਐਚਓ ਨੂੰ ਤੁਸੀਂ ਕਹੋ ਨਸ਼ਾ ਨਹੀਂ ਵਿਕਣਾ ਚਾਹੀਦਾ ਜੇ ਮਿਲ ਗਿਆ ਸ਼ਾਮ ਨੂੰ ਬਰਖਾਸਤ ਕਰਕੇ ਘਰੇ ਭੇਜ ਦਿਓ ਨਸ਼ਾ ਦਾ ਸ਼ਾਮ ਨੂੰ ਬੰਦ ਹੋ ਜਾਊਗਾ ਹੁਣ ਉਹ ਚੀਜ਼ ਐਸਐਸਪੀ ਨੂੰ ਘਰੇ ਭੇਜਣਾ ਤੇ ਐਸਐਚਓ ਨੂੰ ਘਰੇ ਭੇਜਣਾ ਹੁਣ ਕਿਉਂ ਨਹੀਂ ਹੋ ਰਿਹਾ ਉਹ ਨਹੀਂ ਹੋਊਗਾ ਕਿਉਂਕਿ ਸਾਰੇ ਲੜੇ ਹੋਏ ਆ ਪਹਿਲਾਂ ਆਪ ਭਗਵਾਨਤਮਾਨ ਕਹਿੰਦੇ ਸੀ ਨਾ ਵੀ ਮੈਜੋਰਿਟੀ ਜੰਗਲ ਚ ਬਾਂਦਰਾਂ ਦੀ ਸੀ ਤੇ ਉਹਨਾਂ ਪ੍ਰਧਾਨ ਮੰਤਰੀ ਬਣਾਤਾ ਤੇ ਉਹ ਨੂੰ ਜਦੋਂ ਸ਼ਿਕਾਇਤ ਲੈ ਕੇ ਗਈ ਕੋਈ ਉੱਥੇ ਪੇਟ ਜਾ ਕੋਈ ਮੇਰਾ ਮੇਮਣਾ ਖਾਈ ਜਾਂਦਾ ਖਾਈ ਜਾਂਦਾ ਸ਼ੇਰ ਤੇ ਉਹ ਨੂੰ ਬਚਾ ਉਹ ਮਾਰੇ ਟਪੂਛਣੀਆਂ ਇੱਧਰ ਉੱਧਰ ਉੱਧਰ ਮੈਂ ਇਹਨੂੰ ਚੇਤਾ ਕਰਾਉਣਾ ਚਾਹੁੰਦਾ ਵੀ ਤੂੰ ਹੁਣ ਇਹ ਟਪੂਛਣੀਆਂ ਮਾਰਨੀਆਂ ਸ਼ੁਰੂ ਕਰਤੀਆਂ ਇੱਕ ਤੇ ਇਹਦੇ ਤੇ ਪੋਲਿਟਿਕਸ ਲਗਾਤਾਰ ਮਗੀ ਰਹੂਗੀ ਜੇ ਮੁੱਦਾ ਖਤਮ ਹੋ ਗਿਆ ਫਿਰ ਪੋਲਿਟਿਕਸ ਆ ਤੇ ਕਰੋਗੇ ਕਈ ਤਾਂ ਲੀਡਰ ਵੀ ਤੇ ਪੁਲਿਸ ਵਾਲੇ ਬਾਈ ਵੀ ਮਿਲਦੇ ਆ ਇੰਨੇ ਕੁ ਸਲੱਗ ਨੇ ਕਈ ਤਾਂ ਉਹਨਾਂ ਚੋਂ ਇਹ ਕਹਿ ਦਿੰਦੇ ਆ ਵੀ ਲੈ ਸਰਕਾਰ ਕੀ ਜਾਂ ਪੁਲਿਸ ਕੀ ਕਰੇ ਹੁਣ ਤੁਸੀਂ ਉਹਦੇ ਜਵਾਕਾਂ ਨੂੰ ਹਟਾ ਲਓ ਮਤਲਬ ਡਿਮਾਂਡ ਖਤਮ ਕਰ ਦਿਓ ਪਰ ਜਦੋਂ ਇੰਨੀ ਸਪਲਾਈ ਹੋ ਜੂਗੀ ਕਲੀ ਸਪਲਾਈ ਨਹੀਂ ਹੁੰਦੀ ਇੱਥੇ ਰੱਖਦੇ ਹੋ ਕੋ ਨਸ਼ਾ ਲੈਣ ਦੀ ਆ ਜੂਗਾ ਉਹਨਾਂ ਨੂੰ ਲਾਇਆ ਜਾਂਦਾ ਇੱਕ ਸਿਸਟਮੈਟਿਕ ਢੰਗ ਨਾਲ ਆ ਇੱਥੇ ਨਿਹੰਗ ਦੇ ਬਾਣੇ ਚ ਆਉਂਦਾ ਸੀ ਮੁੰਡਾ ਇੱਕ ਸਾਡੇ ਅਸੀਂ ਉਹਨੂੰ ਫੜਿਆ ਆ ਕੇ ਨਸ਼ੇ ਵੇਚ ਦਿੰਦਾ ਸੀ ਲੋਕਾਂ ਨੂੰ ਸਕੂਲਾਂ 'ਚ ਕਾਲਜਾਂ ਦੇ ਵਿੱਚ ਇਹ ਚੱਲ ਰਿਹਾ ਸਕੂਲਾਂ 'ਚ ਕਾਲਜਾਂ 'ਚ ਬੱਚਿਆਂ ਨੂੰ ਕਲੱਬਾਂ ਦੇ ਵਿੱਚ ਜਿੰਮ ਦੇ ਵਿੱਚ ਜਾ ਕੇ ਨਸ਼ੇ ਲਾਏ ਜਾਂਦੇ ਆ ਪੰਜਾਬ ਦੇ ਵਿੱਚ ਬਦਲਾਅ ਤੋਂ ਪਹਿਲਾਂ ਇਹ ਗੱਲਾਂ ਕਈਆਂ ਜਾਂਦੀਆਂ ਸੀ ਇਹ ਵਾਅਦੇ ਕੀਤੇ ਜਾਂਦੇ ਸੀ ਇਹ ਦਾਅਵੇ ਕੀਤੇ ਜਾਂਦੇ ਸੀ ਕਿ ਸਾਨੂੰ ਆਉਣ ਦਿਓ 24 ਘੰਟਿਆਂ ਚ ਨਸ਼ਾ ਖਤਮ ਸਾਨੂੰ ਆਉਣ ਦਿਓ 3 ਦਿਨਾਂ ਚ ਨਸ਼ਾ ਖਤਮ ਸਾਨੂੰ ਆਉਣ ਦਿਓ ਜੀ ਇੱਛਾ ਸ਼ਕਤੀ ਹੋਣੀ ਚਾਹੀਦੀ ਆ ਨਸ਼ੇ ਦਾ ਕੀ ਆ ਨਸ਼ਾ ਤਾਂ ਘੰਟੇ ਚ ਬੰਦ ਕਰਾ ਦੇਾਂਗੇ ਪਰ ਹੋ ਕੀ ਰਿਹਾ ਸਾਰਾ ਕੁਝ ਜਿਉਂ-ਤਿਉਂ ਚੱਲ ਰਿਹਾ ਜਿਹਨੂੰ ਕਿਹਾ ਜਾਂਦਾ ਕਿ ਕਾਲੀਆਂ ਨੇ ਫਿਰਤਪਾਈ ਕਾਂਗਰਸ ਨੇ ਜਾਰੀ ਰੱਖਿਆ ਤੇ ਜਾਰੀ ਹੁਣ ਵੀ ਉਹੀ ਰੱਖਿਆ ਜਾ ਰਿਹਾ ਰੈਲੀਆਂ ਹੁੰਦੀਆਂ ਨੇ ਨਸ਼ੇ ਦੇ ਖਿਲਾਫ ਜਦਕਿ ਹੋਣਾ ਐਕਸ਼ਨ ਚਾਹੀਦਾ ਅਰਦਾਸਾਂ ਹੁੰਦੀਆਂ ਨੇ ਜਿਹੜੀ ਅਰਦਾਸ ਡੇਢ ਸਾਲ ਪਹਿਲਾਂ ਕਰਕੇ ਸ਼ੁਰੂਆਤ ਕਰ ਲੈਣੀ ਚਾਹੀਦੀ ਸੀ ਉਹ ਅਰਦਾਸ ਡੇਢ ਸਾਲ ਬਾਅਦ ਜਾ ਕੇ ਹੁੰਦੀ ਹੈ ਤਾਂ ਅਸਲ ਦੇ ਵਿੱਚ ਨਸ਼ੇ ਦੀ ਸਮੱਸਿਆ ਜਿਹੜੀ ਖਤਮ ਕਿਉਂ ਨਹੀਂ ਰਹੀ ਕਿਉਂ ਇਸ ਤਰ੍ਹਾਂ ਅਰਦਾਸਾਂ ਨਾਲ ਜਿਹੜੀਆਂ ਅਸੀਂ ਬਹੁਤ ਲੇਟ ਕਰਤੀਆਂ ਉਸ ਤਰ੍ਹਾਂ ਖਤਮ ਹੋਏਗਾ ਨਸ਼ਾ ਜਾਂ ਸਿਰਫ ਰੈਲੀਆਂ ਕੱਢ ਕੇ ਨਸ਼ਾ ਖਤਮ ਹੋਏਗਾ ਲੁਧਿਆਣਾ ਦੇ ਵਿੱਚ ਬਹੁਤ ਵੱਡੀ ਰੈਲੀ ਹੋਈ ਅੱਜ ਡਰੱਗ ਦੇ ਖਿਲਾਫ ਸਾਈਕਲ ਰੈਲੀ ਕੀਤੀ ਆ ਤੇ ਲੋਕ ਸਵਾਲ ਉਠਾਰਿਆ ਕਿ ਇਸ ਤਰ੍ਹਾਂ ਤਾਂ ਜੀ ਵੱਖ-ਵੱਖ ਲੋਕ ਪ੍ਰਤੀਕਰਮ ਦੇ ਰਿਹਾ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਨਸ਼ਾ ਖਤਮ ਨਹੀਂ ਹੋਣਾ ਜੀ ਰੈਲੀਆਂ ਦੇ ਨਾਲ ਤਾਂ ਐਕਸ਼ਨ ਲੈਣਾ ਪਊਗਾ ਕੀ ਸਰਕਾਰ ਦਾ ਕੰਮ ਰੈਲੀਆਂ ਕਰਨਾ ਜਾਂ ਐਕਸ਼ਨ ਲੈਣਾ ਲੋਕ ਇਹ ਸਵਾਲ ਉਠਾ ਰਹੇ ਨੇ ਤੇ ਸਾਰੇ ਮਸਲੇ ਤੇ ਗੱਲਬਾਤ ਕਰਾਂਗੇ ਤਾਂ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੇ ਸਿਆਸੀ ਮਸਲਿਆਂ ਦੇ ਮਾਹਿਰ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆਂ ਤੇ ਉਹ ਕੀ ਸੋਚਦੇ ਨੇ ਪ੍ਰੋਫੈਸਰ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੇ ਸ਼ੁਕਰੀਆ ਸਮਾਂਤੋ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਪਾਸੇ ਰੈਲੀ ਹੋ ਰਹੀ ਆ ਤੇ ਲੋਕ ਸੋਸ਼ਲ ਮੀਡੀਆ ਤੇ ਰਿਐਕਟ ਕਰ ਰਹੇ ਨੇ ਪਰ ਤੁਹਾਨੂੰ ਕੀ ਲੱਗਦਾ ਸਰਕਾਰ ਨੂੰ ਰੈਲੀਆਂ ਕਰਨੀਆਂ ਚਾਹੀਦੀਆਂ ਨੇ ਜਾਂ ਐਕਸ਼ਨ ਕਰਨਾ ਚਾਹੀਦਾ ਸਰਕਾਰ ਦਾ ਕੰਮ ਕੀ ਆ ਪਹਿਲਾਂ ਰੈਲੀ ਬਾਰੇ ਕੀ ਕਹਿਣਾ ਚਾਹੋ ਨਹੀਂ ਬਿਲਕੁਲ ਰੈਲੀ ਬਾਰੇ ਤਾਂ ਮੈਂ ਇਹੋ ਹੀ ਕਹੂੰਗਾ ਕਿ ਰੈਲੀਆਂ ਦਾ ਤੇ ਜਿਸ ਤਰ੍ਹਾਂ ਤੁਸੀਂ ਕਹਿ ਦਿੱਤਾ ਕੋਈ ਰੈਲੀਆਂ ਦਾ ਮੌਕਾ ਨਹੀਂ ਹੈ ਨਾ ਅਰਦਾਸਾਂ ਦਾ ਮੌਕਾ ਪਰ ਤੁਸੀਂ ਪੋਲੀਟੀਕਲ ਲੋਕਾਂ ਦਾ ਜਿਹੜੇ ਇੰਡੀਅਨ ਪੋਲੀਟੀਕਲ ਲੋਕ ਆ ਉਹਨਾਂ ਦਾ ਜੇ ਅਸੀਂ ਕਿਰਦਾਰ ਸਮਝਾਂਗੇ ਉਹਨਾਂ ਦਾ ਕੈਰੇਕਟਰ ਕੀ ਆ ਖਸਲਤ ਉਹਨਾਂ ਦੀ ਕੀ ਹੈਗੀ ਉਹ ਇਹ ਆ ਕਿ ਜਿਹੜੀਆਂ ਲੋਕਾਂ ਦੀਆਂ ਦਸ਼ਵਾਰੀਆਂ ਉਹਦਾ ਹੱਲ ਨਹੀਂ ਕਰਨਾ ਉਸ ਨੂੰ دشواریਆਂ ਨੂੰ ਥੋੜਾ ਥੋੜਾ ਵਧਾਉਂਦੇ ਰਹਿਣਾ ਉਹ ਇੰਨੇ ਤਕੜੇ ਰਹਿਣ ਕਿ ਵੋਟਰਾਂ ਦੇ ਬੂਥ ਤੱਕ ਬਟਨ ਦਬ ਦੇਣ ਪਰ ਇੰਨੇ ਤਕੜੇ ਨਾ ਹੋ ਜਾਣ ਕਿ ਸਵਾਲ ਕਰਨ ਲੱਗ ਜਾਣ ਤੇ ਨਾਰੇ ਮਾਰਨ ਲੱਗ ਜਾਣ ਇਹ ਉਹਨਾਂ ਦਾ ਲੋਕਾਂ ਪ੍ਰਤੀ ਆਮ ਗਰੀਬੀ ਦੇ ਜਾਂ ਗੁਰਬਤ ਵਿੱਚ ਜਿਹੜੇ ਫਸੇ ਆ ਜਾਂ مصیبتਾਂ ਵਿੱਚ ਕਿਸੇ ਵੀ دشواریਆਂ ਵਿੱਚ ਫਸੇ ਆ ਉਹਦੇ ਚੋਂ ਬਾਹਰ ਕੱਢਣਾ ਉਹਨਾਂ ਦਾ ਮਤਲਬ ਹੀ ਨਹੀਂ ਹੈ ਤੁਸੀਂ 2017 ਦੀ ਇੱਕ ਕੇਜਰੀ ਵਾਲ ਦੀ ਪੰਜਾਬ ਦੀ ਵੀਡੀਓ ਹੈ ਮੈਂ ਹੁਣੇ ਦੋ ਤਿੰਨ ਦਿਨ ਪਹਿਲਾਂ ਸੁਣ ਰਿਆ ਸੀ ਉਹਦੇ ਚੋ ਕਹਿੰਦੇ ਆ ਕਿ ਜੇ ਸਾਨੂੰ ਤੁਸੀਂ ਸੱਤਾ ਦੇ ਦਿਓ 17 ਤੋਂ ਪਹਿਲਾਂ ਸੱਤਾ ਤੋਂ ਪੰਜਾਬ ਦੀਆਂ ਚੋਣਾਂ ਤੋਂ ਕਿ ਅਸੀਂ ਫਿਰ ਤੁਹਾਨੂੰ 20 ਜਾਂ 21 April ਦੀ ਡੇਟ ਵੀ ਦਿੰਦਾ ਨਾਲ ਕਿ ਮਜੀਠੀਆ ਜਿਹੜਾ ਘਰ ਘਰ ਨਸ਼ਾ ਪਚਾਰਿਆ ਅਸੀਂ ਉਸ ਨੂੰ ਜੇਲ੍ਹ ਚ ਦੇਾਂਗੇ ਮੈਂ ਤੁਹਾਨੂੰ ਤਰੀਕ ਵੀ ਦੱਸ ਦੇਣਾ ਕਿਦਨ ਅਸੀਂ ਦੇਾਂਗੇ ਇੱਕ ਵਾਰੀ ਸਾਨੂੰ ਵੋਟਾਂ ਪਾਓ ਤਾਂ ਮਸਲਾ ਨਿਬੜ ਗਿਆ ਮਾਫੀ ਵੀ ਮੰਗ ਲਈ ਉਹਨਾਂ ਤੋਂ ਨਹੀਂ 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 ਉਹ ਫਲੈਕਸਾਂ ਦਾ ਹੋਰ ਦਾ ਸੀਗਾ ਪਰ ਇੱਕ ਬੰਦਾ ਇਹ ਜਦ ਗੱਲ ਕਹਿ ਰਿਹਾ ਮੈਂ ਕਹਿਣੀ ਕੀ ਚਾਹੁੰਦਾ ਜਦ ਇਹ ਗੱਲ ਕਹਿ ਰਿਹਾ ਕਿ ਮੈਂ ਤਰੀਕ ਵੀ ਦਿਨਾ ਇਹਦਾ ਮਤਲਬ ਉਹਦੀ ਇੰਟੈਂਸ਼ਨ ਵੋਟਾਂ ਲੈਣੀਆਂ ਪ੍ਰਭਾਵਿਤ ਕਰਕੇ ਨਸ਼ਾ ਖਤਮ ਕਰਨਾ ਨਹੀਂ ਕਿ ਇਹ ਉਹਦੇ ਚੇਲੇ ਆ ਉਹਦੇ ਪਛੜੇ ਆ ਭਗਵੰਤ ਮਾਨ ਹੁਣੀ ਜਾਂ ਸਾਰੇ ਉਸੇ ਪਾਰਟੀ ਦੇ ਆ ਜਿਨ੍ਹਾਂ ਦਾ ਜੇ ਗੁਰੂ ਜਿਨ੍ਹਾਂ ਦੇ ਟੱਪਣੇ ਦੇ ਚੇਲੇ ਜਾਣ ਛੜਾਪ ਇਹਦੇ ਉਦੋਂ ਵੀ ਅਗਲੀ ਕਹਿ ਦੇਣਗੇ ਕਿ ਅਸੀਂ ਤਾਂ ਪਾਕਿਸਤਾਨ ਦਾ ਵੀ ਨਸ਼ਾ ਖਤਮ ਕਰ ਦਾਂਗੇ ਇੱਥੇ ਤਾਂ ਤੁਸੀਂ ਕੀ ਕਹਿੰਦੇ ਅਸੀਂ ਸਾਰੇ ਇੰਡੀਆ ਦੀ ਸਾਡੇ ਕੋਲ ਸਟਰੈਟਜੀ ਆਗੀ ਮੂੰਹ ਬਣਾ ਕੇ ਗੱਲਾਂ ਹੀ ਕਰਨੀਆਂ ਕੋਈ ਤਰਾ ਤੇ ਕੰਮ ਥੋੜੀ ਕਰਨਾ ਇਸ ਕਰਕੇ ਇਹ ਨਸ਼ਾ ਖਤਮ ਕਿਉਂ ਨਹੀਂ ਹੁੰਦਾ ਮੈਂ ਉਹਦਾ ਜਵਾਬ ਦੇ ਰਿਹਾ ਨਾ ਇਹ ਹੋਣਾ ਨਾ ਇਹਨਾਂ ਨੇ ਕਰਨਾ ਕਿਉਂਕਿ ਨਸ਼ਿਆਂ ਤੋਂ ਬਹੁਤ ਇੱਕ ਵੱਡਾ ਸੈਕਸ਼ਨ ਆ ਜਿਹੜਾ ਰੂਲਿੰਗ ਜਮਾਤਾਂ ਦੇ ਵਿੱਚ ਬੈਠਾ ਜਿਹਨੂੰ ਫਾਇਦਾ ਪੈਸਾ ਆਉਂਦਾ ਆ ਤੁਸੀਂ ਉਹ ਦੂਸਰੀ ਵੀਡੀਓ ਨਹੀਂ ਸੁਣ ਲਈ ਹੁਣੇ ਉਹ ਜਿਹੜੀ ਤੋਂਮਰ ਦੇ ਮੁੰਡੇ ਦੀ ਆ ਉਹ ਕਹਿੰਦਾ ਜੀ 200 400 ਕਰੋੜ ਦੀਆਂ ਇੱਥੇ ਰੌਲਾ ਪਿਆ ਹੋਇਆ ਸੀ ਪਹਿਲੀ ਵੀਡੀਓ 'ਚ ਉਹ ਕਹਿੰਦਾ ਜੀ ਕੀ ਗੱਲ ਕਰਦੇ ਆ ਉਹਨੇ ਫਿਰ ਕਿਹਾ ਇੱਕ ਹੋਰ ਤੀਜੀ ਵੀਡੀਓ ਪਾ ਕੇ ਕਹਿੰਦਾ ਜੀ 10000 ਕਰੋੜ ਰੁਪਇਆ ਆਪ ਉਹ ਬਲੂ 베ਰੀ ਦਾ ਤੇ ਉੱਥੇ ਗਾਂਜੇ ਗੁੰਜੇ ਦਾ ਭੰਗ ਦਾ ਵਪਾਰ ਕਰਦਾ ਕੈਨੇਡਾ ਦੇ ਵਿੱਚ ਜਗਮਨਦੀਪ ਸਿੰਘ ਆਪਾਂ ਜਾਣਦੇ ਆ ਐਸ ਲਈ ਸਾਡੇ ਜਿਹੜੇ ਰਾਜਨੀਤਿਕ ਲੋਕ ਹੈਗੇ ਆ ਉਹਨਾਂ ਦਾ ਗगन ਮਨਸ਼ਾ ਜੇ ਹੋਵੇ ਤੇ ਫੇਰੇ ਦਾ ਤਰੀਕਾ ਕੀ ਹੋਣਾ ਸੀ ਉਹ ਤਰੀਕਾ ਇਹ ਹੋਣਾ ਸੀ ਹੁਣ ਮੈਂ ਸਧਾਰਨ ਪਾਸ਼ਾ ਚ ਪਹਿਲਾਂ ਗੱਲ ਕਰਦਾ ਕਿਸੇ ਦੇ ਢਿੱਡ ਚ ਪੀੜ ਹੁੰਦੀ ਆ ਤੁਸੀਂ ਆ ਝੋਲਾ ਸ਼ਾਫ ਡਾਕਟਰ ਕੋ ਚਲੇ ਜਾਓ ਉਹ ਕੀ ਕਹੂਗਾ ਉਹਨੇ ਸਿੰਪਟਮ ਨੂੰ ਟਰੀਟ ਕਰਨਾ ਉਹਨੇ ਕਹਣਾ ਅੱਛਾ ਪੀੜ ਹੁੰਦੀ ਆ ਕੀ ਖਾਦਾ ਸੀ ਅੱਛਾ ਆ ਗੱਲ ਕਰ ਉਹ ਤੂੰ ਤੇ ਬਹੁਤ ਮਾੜਾ ਖਾ ਲਿਆ ਆ ਲੈ ਚੂਰਨ ਦੇ ਚੂਰਨ ਲੈ ਲੈ ਫਿਰ ਅਗਲੇ ਦਿਨ ਫਿਰ ਕਹਿੰਦਾ ਉਹ ਯਾਰ ਰੀਪੀਟ ਤੇ ਹਟੀ ਨਹੀਂ ਅੱਛਾ ਫਿਰ ਤੂੰ ਨਾ ਤੈਨੂੰ ਥੋੜੀ ਜੀ ਕਪਜੀ ਹੋਣੀ ਆ ਫਿਰ ਇੱਕ ਹੋਰ ਦੇ ਦੇਣੀ ਦੂਜੀ ਗੋਲੀ ਦੇ ਦੇਣੀ ਉਹ ਬੰਦਾ ਕਰਦਿਆਂ ਕਰਾਉਂਦਿਆਂ ਮਹੀਨਿਆਂ ਚ ਮਰਨ ਦੇ ਕਿਨਾਰੇ ਪਹੁੰਚ ਜਾਂਦਾ ਫਿਰ ਪੀਜੀਆਈ ਲੈ ਜਾਂਦੇ ਆ ਉਹ ਪਤਾ ਲੱਗਦਾ ਉਹਦੇ ਸਟੋਮਕ ਕੈਂਸਰ ਸੀਗਾ ਉਹਦੇ ਮਿਹਦੇ ਚ ਉਹ ਢਿਡੇ ਚ ਕੈਂਸਰ ਸੀ ਇਹ ਕੁਝ ਹੋਰ ਹੀ ਦੇ ਹੀ ਗਏ ਸਾਡੇ ਜਦੋਂ ਡਾਇਗਨੋਸ ਹੀ ਨਹੀਂ ਹੈਗਾ ਕਿ ਪ੍ਰੋਬਲਮ ਹੈ ਕੀ ਨਛਾ ਹੈ ਕਿਉਂ ਕਿਸ ਕਰਕੇ ਹੈ ਤਾਂ ਤੁਸੀਂ ਕਦੀ ਕੋਈ ਸੁਣਿਆ ਇਹਨਾਂ ਦਾ ਬਲੂਪ੍ਰਿੰਟ ਕਿ ਪੰਜਾਬ ਦੇ ਅੰਦਰ ਜੇ ਨਸ਼ਾ ਫੈਲਿਆ ਲਗ ਲਗ ਗੱਲਾਂ ਜੀ ਬੇਰੁਜ਼ਗਾਰੀ ਆ ਜੀ ਆ ਨਹੀਂ ਹੈ ਜੀ ਇਸ ਕਰਕੇ ਲੋਕ ਨਸ਼ੇ ਵੱਲ ਚਲੇ ਜਾਂਦੇ ਆ ਮੈਂ ਲਿਆ ਇਹ ਵੀ ਇੱਕ ਕਾਰਨ ਹੋ ਸਕਦਾ ਠੀਕ ਹੈ ਨੌਜਵਾਨ ਬੇਰੁਜ਼ਗਾਰੀ ਦੇ ਵਿੱਚ ਜੇ ਵਹਿਲੀ ਆ ਕੰਮ ਨਹੀਂ ਆ ਤੇ ਕੁਛ ਇਸ ਪਾਸੇ ਲਾ ਕੇ ਪਰ ਇੰਨਾ ਸੌਖਾ ਨਹੀਂ ਤੁਸੀਂ ਦੇਖੋ ਦੁਨੀਆ 'ਚ ਨਸ਼ੇ ਇਹੋ ਜਿھے ਫਲਾਈ ਕਿਵੇਂ ਗਏ ਤੁਸੀਂ ਅੱਜ ਤੋਂ 150 ਸਾਲ ਪਹਿਲਾਂ 150 ਸਾਲ ਪਹਿਲਾਂ ਅਮਰੀਕਾ ਦੇ ਜਿਹੜਾ ਵਰਜੀਨੀਅਨ ਵਰਜੀਨੀਆ ਤਬਾਕੂ ਬੜਾ ਤਬਾਕੂ ਦੀਆਂ ਕੰਪਨੀਆਂ ਬੜੇ ਬੜੀਆਂ ਹਾਂ ਉਹ ਉੱਥੇ ਸਲੇਵ ਲੇਬਰ ਦੇ ਨਾਲ ਤਬਾਕੂ ਬੀਜਿਆ ਜਾਂਦਾ ਸੀ ਬੱਚਿਆਂ ਨੂੰ ਸਕੂਲਾਂ 'ਚ ਮੁਫਤ ਸਿਗਟਾ ਪਲਾਉਣ ਲਈ ਬੰਦਿਆਂ ਨੂੰ ਭੇਜਿਆ ਜਾਂਦਾ ਸੀ ਉਹ ਇੱਕ ਸੁੱਟਾ ਲਾ ਕੇ ਦੇਖਦੇ ਸੈਂ ਕਿ ਆਫ ਹੈ ਕੁਦਰਤੀਆ ਮੜਾ ਜਾਂਦੇ ਅਸਰ ਹੁੰਦਾ ਈ ਆ ਨਿਕੋਟੀਨ ਜਾਂ ਸਾਰਾ ਕੁਝ ਆਦਤ ਇੱਕ ਵਾਰੀ ਲਾਤੀ ਪੰਜ-ਛੇ ਦਿਨ ਉਹਨਾਂ ਨੂੰ ਸੁੱਟੇ ਲਵਾਤੇ ਫਿਰ ਉਹ ਆਪ ਲੱਭਣ ਲੱਗ ਜਾਂਦੇ ਆ ਵੀ ਯਾਰ ਉਹ ਮਖੱਲ ਵਾਲੀ ਗੱਲ ਨਹੀਂ ਬਣੀ ਲਿਆਉ ਤਾਂ ਇੱਕ ਆ ਹੀ ਲਾ ਲਈਏ ਐਂਜੀ ਨਸ਼ਾ ਲਾਇਆ ਜਾਂਦਾ ਪਹਿਲੀ ਤੇ ਗੱਲ ਨਸ਼ਾ ਕੋਈ ਤੁਸੀਂ ਪੰਜਾਬ ਦੇ ਅੰਦਰ ਨਸ਼ਾ ਸਾਰੀ ਦੁਨੀਆ ਚ ਆਦੀਵਾਸੀਆਂ ਤੋਂ ਲੈ ਕੇ ਸ਼ਿਵਜੀ ਦਾ ਤੁਸੀਂ ਵਿੱਚ ਆਉਂਦਾ ਭੰਗ ਦਾ ਨਸ਼ੇ ਦੀ ਤੋਂ ਲੈ ਕੇ ਉਹ ਵੀ ਆਦੀਵਾਸੀਆਂ ਦੇ ਵੇਲੇ ਆਂਦੀਆਂ ਨੇ ਗੱਲਾਂ ਨਾ ਅੱਜ ਤੱਕ ਨਸ਼ੇ ਨਹੀਂ ਕਦੀ ਮੁਕਤ ਨਹੀਂ ਹੋਏ ਦਾਰੂ ਪਿੰਡਾਂ ਚ ਸਾਡੇ ਪਹਿਲਾਂ ਵੀ ਕੱਢਦੇ ਸੀ ਹੁਣ ਵੀ ਸੀ ਪਿੰਡੋਂ ਪਿੰਡੀ ਕੱਢਦੇ ਮੇਰਾ ਨਾਨਾ ਕੱਢਦਾ ਸੀ ਘੜੇ ਚ ਪਾ ਕੇ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਉਹ ਇਹਦੇ ਚ ਰੂੜੀ ਚ ਦੱਬ ਦਿੰਦੇ ਸੀ ਕਿਉਂਕਿ ਟੈਂਪਰੇਚਰ ਕਰਕੇ ਉਹ ਬਣਦੀ ਨਹੀਂ ਸੀ ਫਮਟੇ ਉਹ ਤੇ ਵੀ ਆ ਨਾ ਧਾਰੂ ਕੋਈ ਕੱਢਦਾ ਉਹਦਾ ਕਿ ਪੁਲਸ ਪੱਠੀ ਫੜ ਲੈਂਦੀ ਚਿੱਟਾ ਨਹੀਂ ਫੜਦੀ ਕਿ ਦੇਖਦੇ ਹੁਣ ਹੁਣ ਮੈਂ ਇਹ ਗੱਲ ਕਰ ਹੋਰ ਨਛੇ ਜਿਤਨਾ ਫੀਮ ਫਾਮ ਪੁਖੀ ਬਹੁਤ ਵਿਰਲੇ 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 ਹੁੰਦੇ ਸੀ ਜਿਹੜੇ ਖਾਂਦੇ ਸੀ ਖਾਂਦੇ ਸੀ ਜਿਹੜੇ ਨਹੀਂ ਸੀ ਖਾਂਦੇ ਉਹ ਨਹੀਂ ਸੀ ਖਾਂਦੇ ਐਵੇਂ ਨਹੀਂ ਸੀ ਫੈਲ ਉਦੋਂ ਕਿਉਂ ਨਹੀਂ ਸੀ ਫੈਲਦਾ ਤੇ ਹੁਣ ਕਿਉਂ ਫੈਲਦਾ ਭਈ ਹੁਣ ਫੈਲਦਾ ਇਸ ਕਰਕੇ ਨਹੀਂ ਕਿ ਨਸ਼ੇ ਨੂੰ ਸਿਸਟੇਮੈਟਿਕਲੀ ਫਲਾਇਆ ਜਾਂਦਾ ਜਿਵੇਂ ਉਹ ਕੋਈ ਚੀਨ ਬਣਾ ਕੇ ਇੱਕ ਬੰਦੇ ਨੂੰ ਲਾਤਾ ਉਹਨੂੰ ਕਹਿੰਦਾ ਯਾਰ ਤੈਨੂੰ ਤੇ ਮੈਂ ਮੁਫਤ ਦੇ ਦੇਣਾ ਤੂੰ ਦੋ ਗਾਹ ਖੋਰ ਲੱਭ ਦੋ ਨੇ ਚਾਰ ਹੋਰ ਲੱਭ ਦੇਣੇ ਚਾਰ ਨੇ 10 ਹੋਰ ਲੱਭ ਦੇਣੇ ਉਹਦਾ ਗਾਂ ਤੂੰ ਗਾਂ ਨਾਲੇ ਤੇ ਉਹ ਮਰ ਜਾਂਦਾ ਜਿਹੜਾ ਪਹਿਲਾਂ ਸ਼ੁਰੂ ਕਰਦਾ ਜਿਹੜੇ 10 ਦਾ ਸਾਨੂੰ ਹੋਰ ਪਸੰਦ ਆਇਆ ਇਹ ਸਾਰੀ ਚੀਜ਼ ਨੂੰ ਜਦ ਤੱਕ ਸਮਝਦੇ ਨਹੀਂ ਡਾਇਗਨੋਸ ਨਹੀਂ ਕਰਦੇ ਉਹਨਾਂ ਦੀ ਇਹਨਾਂ ਨੂੰ ਚਾਹੀਦਾ ਸੀ ਇਸ ਸਰਕਾਰ ਨੂੰ ਕਿ ਇੱਕ ਸਰਵੇ ਕਰਦੇ ਸਰਵੇ ਪਹਿਲਾਂ ਵੀ ਪਏ ਪੀਜੀਆਈ ਚ ਪਏ ਆ ਹੋਰ ਨਾ ਚ ਪਏ ਪੀਜੀਆਈ ਦਾ ਜਿਹੜਾ ਸੋਸ਼ਲ ਵਰਕ ਡਿਪਾਰਟਮੈਂਟ ਆ ਹੋਰ ਏਮਜ਼ ਦੇ ਸਰਵੇ ਹੈਗੇ ਪੰਜਾਬ ਬਾਰੇ ਉਹਦੇ ਤੋਂ ਇਲਾਵਾ ਜੇ ਆਪਣੇ ਸਰਵੇ ਕਰਵਾ ਲਿੰਦੇ ਇਹਨਾਂ ਨੂੰ ਕਿੰਨਾ ਸੌਖਾ ਦੇਖੋ ਸਾਰੇ ਪੰਜਾਬ ਦੀਆਂ ਪੰਚਾਇਤਾਂ ਹੈਗੀਆਂ ਪੰਚਾਇਤਾਂ ਦੇ ਰਾਹੀਂ ਬਲੌਕ ਡਵੈਲਪਮੈਂਟ ਦੇ ਰਾਹੀਂ ਮੋਟੇ-ਮੋਟੇ ਅੰਕੜੇ ਇਕੱਠੇ ਕਰ ਲੈਂਦੇ ਭਾਈ ਸਾਰੇ ਪੰਜਾਬ ਚ ਮੈਨੂੰ ਦੱਸੋ ਕਿਉਂਕਿ ਜੇ ਤੁਸੀਂ ਉੱਚ ਸਰਵੇ ਕਰਨ ਜਾਓ ਲੋਕ ਦੱਸਦੇ ਨਹੀਂ ਕੌਣ ਆਪਣੇ ਦੱਸੂ ਮੇਰਾ ਮੁੰਡਾ ਪੀਂਦਾ ਪੀਂਦਾ ਕਈ ਵਾਰੀ ਤੇ ਮਾਪੇ ਨੂੰ ਹੀ ਨਹੀਂ ਪਤਾ ਹੁੰਦਾ ਦੱਸਣਾ ਕਿੰਨੇ ਆ ਉਹ ਲਾ ਰੱਖਦੇ ਆ ਪਰ ਮੋਟਾ ਮੋਟਾ ਤੁਹਾਡੇ ਕੋ ਅੰਕੜਾ ਪਿੰਡੋਂ ਪਿੰਡੀ ਜਿਹੜੇ ਤੁਹਾਨੂੰ ਪਤਾ ਲੋਕ ਦੱਸਦੇ ਆ ਫੜ ਫੜ ਕੇ ਵੀ ਦਿੰਦੇ ਆ ਠਿਕਰੀ ਪੈਰਾ ਲਾਉਂਦੇ ਉਹ ਹੀ ਬੰਦਿਆਂ ਨੂੰ ਜੇ ਘਟੋ ਘਟ ਸਰਵੇ ਕਰਦੇ ਸਾਡੇ ਪੰਜਾਬ ਚ ਕਿਹੜੇ ਏਰੀਆ ਚ ਕਿਹੜੇ ਨਸ਼ੇ ਕਿੰਨੇ ਮਿਕਦਾਰ ਦੇ ਵਿੱਚ ਚੱਲ ਰਹੇ ਆ ਔਰ ਉਹਦਾ ਸਪਲਾਈ ਕਰਨ ਦਾ ਤਰੀਕਾ ਕੀ ਆ ਔਰ ਕਿੱਥੇ ਕਿੱਥੇ ਕਾਲੀਆਂ ਭੇਡਾਂ ਬੈਠੀਆਂ ਕਿਹੜੀ ਕਿਹੜੇ ਪੋਲੀਟੀਕਲ ਉਹਨਾਂ ਦੇ ਉੱਪਰ ਛਤਰ ਛਾਇਆ ਉਹਨਾਂ ਨੂੰ ਛਤਰੀ ਦੇ ਕੇ ਅੱਗੇ ਤੋਰਦੇ ਆ ਤੇ ਕਿਹੜੇ ਕਿਹੜੇ ਪੁਲਿਸ ਵਾਲੇ ਉਹਨਾਂ ਦੇ ਨਾਲ ਰਲੇ ਆ ਕਿਹੜੇ ਕਿਹੜੇ ਇੱਥੇ ਪੈਡਲਰ ਆ ਤੇ ਕਿਹੜੇ ਕਿਹੜੇ ਇੱਥੇ ਉਹਨਾਂ ਦੇ ਸਰਗਨਾ ਹੈਗੇ ਆ ਨਸ਼ਿਆਂ ਦੇ ਇਹ ਜਦ ਆਡੈਂਟੀਫਾਈ ਹੋ ਜੇ ਕਾਗਜ਼ ਤੇ ਤੁਹਾਡੇ ਕੋਲ ਸਾਰਾ ਨਕਸ਼ਾ ਫਿਰ ਤੁਸੀਂ ਉਹਦੀ ਪਾਲਿਸੀ ਕੀ ਬਣਾਉਣੀ ਹੈ ਪਾਲਿਸੀ ਇਹ ਬਣਾਉਣੀ ਹੈ ਕਿ ਜਿਹੜੇ ਪਹਿਲਾਂ ਹੀ ਨਸ਼ਾ ਲੱਗ ਗਏ ਉਹਦੀ ਕਿਹੜੀ ਕਿਹੜੀ ਸਟੇਜ ਆ ਐਡਵਾਂਸ ਸਟੇਜ ਆ ਤੇ ਉਹਨੂੰ ਹੋਰ ਕਿਸਮ ਦਾ ਟ੍ਰੀਟਮੈਂਟ ਜੇ अर्ਲੀ ਸਟੇਜ ਆ ਤੇ ਉਹਨੂੰ ਹੋਰ ਕਿਉਂਕਿ ਰੀਹੈਬਿਲਿਟੇਟ ਵੀ ਤੇ ਕਰਨਾ ਹੈ ਨਾ ਇਹ ਥੋੜੀ ਕਿ ਜਿਹੜੇ ਇਹਨਾਂ ਨੂੰ ਲੱਗ ਗਿਆ ਉਹਨਾਂ ਨੂੰ ਮਰਨ ਦੇਣਾ ਬਾਕੀ ਦੇਨ ਇਹਨਾਂ ਦਾ ਰਵਈਆ ਕੀ ਹੈ ਨਸ਼ਿਆਂ ਪ੍ਰਤੀ ਇਹਨਾਂ ਦਾ ਹੈ ਜਾਂ ਜੋ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਦਾ ਸੀ ਉਹੋ ਹੀ ਕੈਪਟਨ ਅਮਰਿੰਦਰ ਦਾ ਸੀ ਤੇ ਉਹੋ ਹੀ ਭਗਵੰਤ ਦੀ ਸਰਕਾਰ ਦਾ ਬੰਦੇ ਆ ਜੀ ਰੌਲਾ ਪੈ ਗਿਆ ਜਦੋਂ ਦੂਜੀ ਵਾਰੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਆਈ ਆ ਕਿ ਨਸ਼ਾ ਬਹੁਤ ਇਹਨਾਂ ਨੇ ਨਸ਼ਾ ਫਲਾਤਾ ਬਹੁਤ ਉਹ ਕਹਿੰਦੇ ਜੀ ਹੁਣੇ ਦੂਰ ਕਰ ਦਿੰਨੇ ਆ 50 55 ਹਜ਼ਾਰ ਮੁੰਡੇ ਫੜ ਕੇ ਜੇਲ੍ਹ ਚ ਦੇ ਦਿੱਤੇ ਉਹਦੇ ਨਾਲ ਨਸ਼ਾ ਖਤਮ ਹੋ ਜੂ ਉਹ ਤੇ ਤੁਸੀਂ ਪਉਣ ਵਾਲਾ ਕੰਮ ਚੱਲਿਆ ਪਰ ਕੰਜ਼ਿਊਮਰ ਉਹਦੇ ਨਾਲ ਸਗੋਂ ਹੋਰ ਜੇਲ੍ਹ ਦੇ ਅੰਦਰ ਉਹੀ ਨਸ਼ੇ ਸਾਰਿਆਂ ਨੂੰ ਮਿਲਦੇ ਆ ਫਿਰ ਤੁਸੀਂ ਨਸ਼ਾ ਖਤਮ ਕਿਵੇਂ ਕੀਤਾ ਉਹ ਤੁਹਾਡੇ ਜੇਲ੍ਹ ਦੇ ਸੁਪਰਡੈਂਟ ਰੋਜ਼ ਖਬਰਾਂ ਆਉਂਦੀਆਂ ਫੋਨ ਅੰਦਰ ਜਾਂਦੇ ਨੱਚ ਜਾਂਦੇ ਸਾਰਾ ਇਹ ਨਸ਼ਾ ਖਤਮ ਨਹੀਂ ਸੀ ਲੋਕਾਂ ਦੀਆਂ ਅੱਖਾਂ 'ਚ ਧੂਲ ਪਾ ਕੇ ਕੈਪਟਨ ਅਮਰਿੰਦਰਾ ਆ 40 45000 ਉਹਨੇ ਵੀ ਅੰਦਰ ਦਿੱਤੇ ਇਹਨਾਂ ਨੂੰ ਪੁੱਛ ਲਓ ਕਹਿੰਦੇ ਜੀ ਅਸੀਂ 15000 ਐਫ ਆਈ ਆਰ ਅੰਦਰਜ ਕਰਤੀਆਂ 20000 ਬੰਦੇ ਅਸੀਂ ਅੰਦਰ ਦੇਦੇ 60 ਕਰਦੇ ਹੋ ਫਿਰ ਕਿਉਂਕਿ ਉਹਨਾਂ ਨੂੰ ਅੱਗੇ ਲੰਘ ਜਰਨਾ ਕਿਉਂਕਿ ਨਸ਼ਾ ਖਤਮ ਕਰਨਾ ਕਿਉਂ ਲੋਕਾਂ ਦਾ ਬੇਵਕੂਫ ਬਣਾਉਂਦੇ ਆ ਕਿਉਂ ਉਹਨਾਂ ਵਿਚਾਰੇ ਨੌਜਵਾਨਾਂ ਨੂੰ ਤੁਸੀਂ ਜਿਹੜੇ ਪਹਿਲਾਂ ਹੀ ਪੀੜਤ ਆ ਉਹਨਾਂ ਨੂੰ ਹੋਰ ਪੀੜਾ ਦੇ ਵਿੱਚ ਦਰਦ ਦੇ ਵਿੱਚ ਧੱਕਦੇ ਆ ਉਹਨਾਂ ਨੂੰ ਸਹਾਰਾ ਬਣੋ ਉਹਨਾਂ ਨੂੰ ਸਾਈਕਲੋਜੀਕਲ ਸਪੋਰਟ ਚਾਹੀਦੀ ਹੁੰਦੀ ਆ ਉਹਨਾਂ ਨੂੰ ਸਾਈਕੀਆਟ੍ਰਿਕ ਟਰੀਟਮੈਂਟ ਚਾਹੀਦਾ ਡਾਕਟਰੀ ਟਰੀਟਮੈਂਟ ਚਾਹੀਦਾ ਆ ਨੀ ਨਸ਼ਾ ਛਡਾਊ ਕੇਂਦਰ ਖੁੱਲ ਗਏ ਆ ਉਹ ਬੰਦਿਆਂ ਨੂੰ ਬੰਦੇ ਨਹੀਂ ਸੰਭਦੇ ਮਾਰ ਮਾਰ ਕਟਾਈ ਕਰਦੇ ਚੀਕ ਚਹਾੜਾ ਪੈਂਦਾ ਉਹ ਜੋ ਜਿੱਤੀ ਉਹਨਾਂ ਨੂੰ ਅਕਲ ਆ ਜਾਂ ਉਹ ਜੋ ਉੱਥੇ ਪੈਸਾ ਬਣਾਉਣ ਦੀਆਂ ਮਸ਼ੀਨਾਂ ਬਣ ਗਈਆਂ ਇਸ ਦੁਸ਼ਵਾਰੀ ਤੇ ਪੋਲੀਟੀਸ਼ੀਅਨ ਅਲੱਗ ਪੁਲਿਸ ਵਾਲੇ ਆ ਅਲੱਗ ਪੈਸਾ ਬਣਾਈ ਜਾਂਦੇ ਆ ਮਰਦੇ ਕੌਣ ਆ ਲੋਕ ਜੇ ਉਹ ਕੋਸ਼ਿਸ਼ ਕਰਦੇ ਆ ਤੇ ਉਥੇ ਫਿਰ ਛੇਤਰਖਾਂਦੇ ਆ ਮੈਨੂੰ ਸਭ ਮਾਫ ਕਰੋ ਮੈਂ ਤੁਹਾਨੂੰ ਰੋਕਦਾ ਵਿੱਚ ਪਰ ਗੱਲ ਕੀ ਹੁਣ ਇੱਕ ਰੈਲੀ ਅਵੇਅਰਨੈਸ ਆ ਚੰਗੀ ਗੱਲ ਆ ਹੋਣੀ ਚਾਹੀਦੀ ਆ ਪਰ ਸਵਾਲ ਤਾਂ ਇਹ ਆ ਨਾ ਕਿ ਪੁਲਿਸ ਦਾ ਕੰਮ ਸਖਤਾਈ ਕਰਨਾ ਸੁਪਰ ਪੁਲਿਸ ਲਈ ਸਖਤਾਈ ਕਰਨਾ ਜ਼ਰੂਰੀ ਆ ਜਾਂ ਸਾਈਕਲ ਰੈਲੀਆਂ ਕਰਨੀਆਂ ਸਵਾਲ ਇੱਥੇ ਆਉਂਦਾ ਪਰ ਦੂਜੀ ਗੱਲ ਕਿ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜਦੋਂ ਸੀਐਮ ਨਹੀਂ ਸੀ ਹੁੰਦੇ ਇਹਨਾਂ ਦੀ ਇੱਛਾ ਸ਼ਕਤੀ ਇਹ ਹੁੰਦੀ ਸੀ ਕਿ ਨਸ਼ਾ ਕਿਵੇਂ ਵਿਕਜੂਗਾ ਜੀ ਸਬੰਧਤ ਥਾਣੇ ਦੇ ਐਸਐਚਓ ਨੂੰ ਤੁਸੀਂ ਕਹੋ ਨਸ਼ਾ ਨਹੀਂ ਵਿਕਣਾ ਚਾਹੀਦਾ ਜੇ ਮਿਲ ਗਿਆ ਤਾ ਵਰਦੀ ਉਤਾਰ ਕੇ ਸ਼ਾਮ ਨੂੰ ਬਰਖਾਸਤ ਕਰਕੇ ਘਰੇ ਭੇਜ ਦੋ ਨਸ਼ਾ ਤਾਂ ਸ਼ਾਮ ਨੂੰ ਬੰਦ ਹੋ ਜਾਊਗਾ ਹੁਣ ਉਹ ਚੀਜ਼ ਐਸਐਸਪੀ ਨੂੰ ਘਰੇ ਭੇਜਣਾ ਤੇ ਐਸਐਚਓ ਨੂੰ ਘਰੇ ਭੇਜਣਾ ਹੁਣ ਕਿਉਂ ਨਹੀਂ ਹੋ ਰਿਹਾ ਉਹ ਨਹੀਂ ਹੋਊਗਾ ਨਹੀਂ ਹੋਊਗਾ ਕਿਉਂਕਿ ਸਾਰੇ ਲੜੇ ਹੋਏ ਆ ਮੈਂ ਭਗਵੰਤ ਮਾਨ ਨੂੰ ਨਹੀਂ ਗੈਰ ਰਿਹਾ ਬੰਦੇ ਦੇ ਵਿੱਚ ਹੁੰਦੇ ਹੀ ਆ ਨਹੀਂ ਹੋਊਗਾ ਪੁਲਿਸ ਵਾਲੇ ਇੱਕ ਵੱਡਾ ਸੈਕਸ਼ਨ ਉਹਨਾਂ ਦਾ ਉਹਨਾਂ ਦੀ ਪ੍ਰੋਟੈਕਸ਼ਨ ਥੱਲੇ ਹੋ ਰਹੀ ਦੂਜੇ ਤਬਜਰੀ ਦਾ ਆਈਐਮਐਲ ਫੜਿਆ ਗਿਆ ਤਰਨ ਤਰਨ ਵਾਲ ਆ ਲਾਲਪੁਰਾ ਔਰ ਉਹਦੇ ਜਿਹੜੇ ਹਾਂ ਤੂੰ ਨੇ ਕੀ ਤੂੰ ਉਹਦਾ ਬਿਆਨ ਪੜਿਆ ਉਹ ਤੂੰ ਵਰਦੀ ਲਾ ਕੇ ਆ ਮੈਂ ਤੈਨੂੰ ਦੇਖ ਲਊ ਤੂੰ ਮੇਰੇ ਰਿਸ਼ਤੇਦਾਰ ਦੀ ਇੰਜ ਕੀਤਾ ਤੁਸੀਂ ਕਹਿਣ ਦਾ ਮਤਲਬ ਜਦੋਂ ਇਸ ਪੱਧਰ ਤੇ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਇਹ ਨਸ਼ਾ ਤੇ ਰੀਤਾ ਬਜਰੀ ਇਹ ਦੋ ਵੱਡੇ ਮਾਫੀਆ ਹੈ ਨਾ ਜਿਹੜੇ ਪੈਸੇ ਮਿਲਦੇ ਇਹ ਮੁੱਕਦਾ ਇਸ ਕਰਕੇ ਨਹੀਂ ਹੈ ਇੱਕ ਤੇ ਇਹਦੇ ਤੇ ਪੋਲਿਟਿਕਸ ਲਗਾਤਾਰ ਮੰਗੀ ਰਹੂਗੀ ਜੇ ਮੁੱਦਾ ਖਤਮ ਹੋ ਗਿਆ ਫਿਰ ਪੋਲਿਟਿਕਸ ਆ ਤੇ ਕਰੋਗੇ ਦੂਸਰਾ ਉਹ ਇੱਕ ਇਹੋ ਜੀ ਗਾਂ ਆ ਜਿਹਨੂੰ ਸਾਰਾ ਹੀ ਚੋਚੋ ਕੇ ਕੁਛ ਉਹ ਲੋਕ ਮਰਦੇ ਆ ਔਰ ਇਹ ਆਪਣਾ ਪੈਸਾ ਜਿਹੜਾ ਵੱਡੇ ਪੱਦਰ ਤੇ ਥੋੜੀ ਜੀ ਚੀਜ਼ ਦਾ ਤੁਸੀਂ 1 ਕਿਲੋ ਦਾ ਕੋਈ 5 ਕਰੋੜ ਕਹਿੰਦਾ ਕੋਈ 2 ਕਰੋੜ ਕਹਿੰਦਾ ਕੋਈ ਜਿੰਨਾ ਵੀ ਹੈ ਉਹ ਇਧਰ ਉਧਰ ਲਈ ਜਾਂਦੇ ਆ ਇਹ ਜਿਹੜਾ ਵੀ ਉਹਨੂੰ ਪੁੱਛਦਾ ਕਰੀ ਤੇ ਪਾਕਿਸਤਾਨ ਦਾ ਜੀ ਇਹ ਜੀ ਜੰਮੂ ਕਸ਼ਮੀਰ ਵੱਲੋਂ ਆ ਗਿਆ ਇਹ ਤੇ ਜੀ ਗੁਜਰਾਤ ਵਾਲਿਆਂ ਨੇ ਸਾਡੇ ਇੱਥੇ ਭੇਜਤਾ ਅਡਾਨੀ ਦੀ ਪੋਰਟ ਤੋਂ ਆ ਗਿਆ ਆਇਆ ਨਹੀਂ ਆਇਆ ਤੁਸੀਂ ਡਿਮਾਂਡ ਕਿਉਂ ਨਹੀਂ ਖਤਮ ਕਰਵਾਉਂਦੇ ਹੁਣ ਜਿਹੜੀ ਤੁਸੀਂ ਬਾਰ-ਬਾਰ ਗੱਲ ਕਰਦੇ ਆਂ ਵੀ ਇਹ ਉੱਥੇ ਚਲੇ ਗਏ ਲੋਗੋ ਨੇ ਲੋਕਾਂ ਨੇ ਉਦਣ ਨਹੀਂ ਮਜ਼ਾਕ ਉਡਾਇਆ ਇਹ ਅਰਦਾਸ ਕਰਦਾ ਮਤਲਬ ਦਰਬਾਰ ਸਾਹਿਬ ਦੇ ਵਿੱਚ ਪਤਾ ਨਹੀਂ ਕਿੰਨੇ 35000 ਬੱਚੇ ਘਰੇ ਸੀਗੇ ਉਹਨਾਂ ਦਾ ਟਾਈਮ ਕਿਉਂ ਬਰਬਾਦ ਕਰਦੇ ਆ ਤੁਸੀਂ ਸਕੂਲਾਂ ਦੇ ਵਿੱਚ ਹੀ ਅਰਦਾਸ ਕਰਾ ਦਿਓ ਰੱਬ ਕਿੱਥੇ ਨਹੀਂ ਹੈ ਰੱਬ ਤੁਹਾਡੇ ਅੰਦਰ ਨਹੀਂ ਹੈ ਜਾਂ ਰੱਬ ਸਕੂਲ ਦੇ ਅੰਦਰ ਨਹੀਂ ਹੈ ਗੱਲ ਤਾਂ ਇਹ ਵੀ ਸੀ ਫਿਰ ਉਹ ਅਰਦਾਸ ਮਾਰਚ 2022 ਚ ਹੋ ਜਾਣੀ ਚਾਹੀਦੀ ਸੀ ਉਹਦੀ ਕੰਮ ਸ਼ੁਰੂ ਕਰ ਲੈਂਦੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹਾਂ ਪਰ ਹੁਣ ਕਿਉਂਕਿ ਲੋਕ ਪੁੱਛ ਰਹੇ ਯਾਰ ਤੁਸੀਂ ਕਰਦੇ ਕਿਉਂ ਨਹੀਂ ਤੇ ਇਹ ਜਿਹੜੀ ਐਗਜ਼ੈਂਪਲ ਆਪ ਭਗਵੰਤ ਮਾਨ ਕਹਿੰਦੇ ਸੀ ਨਾ ਕਿ ਮੈਜੋਰਿਟੀ ਜੰਗਲ ਚ ਬਾਂਦਰਾਂ ਦੀ ਸੀ ਤੇ ਉਹਨਾਂ ਪ੍ਰਧਾਨ ਮੰਤਰੀ ਬਣਾਤਾ ਤੇ ਉਹ ਉਹਨੂੰ ਜਦੋਂ ਸ਼ਿਕਾਇਤ ਲੈ ਕੇ ਗਈ ਕੋਈ ਉੱਥੇ ਪੇਟ ਜਾ ਕੋਈ ਮੇਰਾ ਮੇਮਣਾ ਖਾਈ ਜਾਂਦਾ ਖਾਈ ਜਾਂਦਾ ਸ਼ੇਰ ਤੇ ਇਹਨੂੰ ਬਚਾ ਉਹ ਮਾਰੇ ਟਪੂਛਣੀਆਂ ਇੱਧਰ ਉੱਧਰ ਉੱਧਰ ਹੁਣ ਇਹਨਾਂ ਦੀ ਹਾਲਤ ਉਹ ਇਹ ਐਗਜ਼ਾਮਪਲ ਇਹ ਦੂਜਿਆਂ ਬਾਰੇ ਕਹਿੰਦੇ ਸੀ ਕੋਸ਼ਿਸ਼ ਕਹਿੰਦਾ ਕੋਸ਼ਿਸ਼ ਕਰ ਤੇ ਕੋਈ ਨਹੀਂ ਛੱਡੀਏ ਸਾਰੇ ਜਾਣਦੇ ਆ ਮੈਂ ਇਹਨੂੰ ਚੇਤਾ ਕਰਾਉਣਾ ਚਾਹੁੰਨਾ ਵੀ ਤੂੰ ਹੁਣ ਇਹ ਟਪੂਸਣੀਆਂ ਮਾਰਨੀਆਂ ਸ਼ੁਰੂ ਕਰਤੀਆਂ ਇਹ ਹੈ ਟਪੂਸਣੀਆਂ ਇਹ ਇਹਨਾਂ ਨਸ਼ੇ ਨੂੰ ਪੰਜਾਬ ਨੂੰ ਮੁਕਤ ਕਰਨ ਵਾਲਾ ਪਹਿਲਾ ਕਦਮ ਵੀ ਨਹੀਂ ਹੈਗਾ ਉਸੇ ਤਰੀਕੇ ਨਾਲ ਸਾਈਕਲ ਰੈਲੀਆਂ ਜੀ ਸੱਚ ਕੇ ਖਰੋ ਕੋਈ ਗੱਲ ਨਹੀਂ ਪਰ ਇਹ ਤੁਸੀਂ ਹੌਲੀ ਹੌਲੀ ਆਪਣਾ ਲੋਕਾਂ ਦੇ ਵਿੱਚ ਮਜ਼ਾਕ ਢਾ ਰਹੇ ਆ ਲੋਕ ਕੋਈ ਬੇਵਕੂਫ ਨਹੀਂ ਹੈ ਲੋਕਾਂ ਨੂੰ ਪਤਾ ਕਿ ਨਸ਼ਾ ਕਿੰਨਾ ਕੈਂਸਰ ਵਾਂਗੂ ਜੜ ਮਾਰ ਚੁੱਕਾ ਔਰ ਜੇ ਉਹਨੂੰ ਖਤਮ ਕਰਨਾ ਉਹ ਇੱਕ ਆਦਮੀ ਦਾ ਕੰਮ ਨਹੀਂ ਇੱਕ ਸਰਕਾਰ ਦਾ ਵੀ ਕੰਮ ਨਹੀਂ ਹੋ ਸਕਦਾ ਅਗਲੀ ਸਰਕਾਰ ਤੱਕ ਵੀ ਇਹ ਦੀ ਲੱਗੇ ਸੀ ਜਾਊਗੀ ਜਾਊਗੀ ਕਿਉਂਕਿ ਅਜੇ ਤੱਕ ਤੇ ਘੋੜੇ ਚੋਂ ਪੂਣੀ ਵੀ ਨਹੀਂ ਕੀਤੀ ਤੇ ਇਸ ਲਈ ਇਹ ਜੇ ਸੱਚੀ ਮੁੱੱਚੀ ਖਤਮ ਕਰਨਾ ਉਹਦਾ ਤਰੀਕਾ ਇਹ ਹੈ ਪੰਚਾਇਤਾਂ ਨੂੰ ਨਾਲ ਲਿਆ ਜਾਏ ਆਪ ਆ ਜਿਹੜਾ ਜਿਹੜਾ ਡਰਾਮੇ ਦੀ ਛੱਡੀ ਜਾਏ ਕਦੀ ਸਾਈਕਲ ਰੈਲੀ ਆ ਕੱਲ ਨੂੰ ਦੰਗਲ ਰੱਖ ਦੇਣਗੇ ਪਰਸ ਨੂੰ ਕੋਈ ਫੁੱਟਬਾਲ ਕਬੱਡੀ ਆ ਜਾ ਮੇਰੇ ਨਾਲ ਖੇਡ ਲਾ ਅਸੀਂ ਨਸ਼ਾ ਖਤਮ ਕਰਨਾ ਇਹੋ ਜੇ ਇਹ ਇੱਕ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਆ ਟਾਈਮ ਪਾਸ ਕਰਨ ਵਾਲੀ ਆ ਮੀਡੀਆ ਦੇ ਵਿੱਚ ਇੱਕ ਖਬਰ ਬਣਾਉਣ ਤੋਂ ਇਲਾਵਾ ਕੁਝ ਨਹੀਂ ਜੇ ਸੱਚੀ ਗੱਲ ਇਵੈਂਟ ਬਣ ਜਾਂਦਾ ਬਸ ਇਵੈਂਟ ਆ ਜੇ ਸੱਚੀ ਮੱਚੀ ਗਗਨ ਖਤਮ ਕਰਨਾ ਤਾਂ ਫਿਰ ਉਹਦੇ ਲਈ ਸੀਰੀਅਸ ਐਥਰਡ ਸਿਸਟੈਮੈਟਿਕ ਯੋਜਨਾ ਬੰਦਟਾੰਗਣਾ ਪਹਿਲੇ ਫੇਜ਼ ਵਿੱਚ ਅਸੀਂ ਕੀ ਕਰਨਾ ਦੂਜੇ ਫੇਜ਼ ਵਿੱਚ ਕੀ ਕਰਨਾ ਤੀਜੇ ਵਿੱਚ ਕੀ ਕਰਨਾ ਰੀਹੈਬਿਲਿਟੇਸ਼ਨ ਕਿਵੇਂ ਕਰਨੀ ਨਸ਼ੇ ਦੀ ਆਮ ਕਿਵੇਂ ਰੋਕਣੀਆਂ ਪੁਲਿਸ ਅੰਦਰ ਭੇਡਾਂ ਨੂੰ ਕਿਵੇਂ ਫੜਨਾ ਜਿਹੜੇ ਤੁਹਾਡੇ ਰਾਜਨੀਤਿਕ ਲੋਕੀ ਜਿਹੜੇ ਛਤਰੀ ਦਿੰਦੇ ਛਾਇਆ ਉਹਨਾਂ ਨੂੰ ਛਤਰ ਛਾਇਆ ਬਣਦੇ ਆ ਉਹਨਾਂ ਨੂੰ ਫੜ ਕੇ ਕਿਵੇਂ ਕਰਨਾ ਜੇ ਸੀਰੀਅਸਲੀ ਕੀਤਾ ਜਾਏ ਤਾਂ ਕਿਹੜਾ ਮਸਲਾ ਆਉਂਦਾ ਕਰਨਾ ਸੀਰੀਅਸਨੈਸ ਤਾਂ ਇੰਨੀ ਕਾ ਵੀ ਜਿਹੜੇ ਪੁਲਿਸ ਅਫਸਰ ਸਖਤੀ ਕਰਨ ਦੇ ਚਾਹੇ ਡਰੱਗ ਦੇ ਖਿਲਾਫ ਚਾਹੇ ਉਦੋਂ ਪਰੇਤਾ ਵਾਲੇ ਮਸਲੇ ਤੇ ਕਰਨ ਦੇ ਚਾਹੇ ਗਰਮੀ ਸਿੰਘ ਚਾਹਾਨ ਸੀ ਉਦੋਂ ਜਿਹੜੇ ਅਫਸਰ ਚੰਗਾ ਕੰਮ ਕਰਦੇ ਨੇ ਸਖਤੀਆਂ ਕਰਦੇ ਨੇ ਉਹਨਾਂ ਦੇ ਤਾਂ ਤਵਾਦਲੇ ਹੋ ਜਾਂਦੇ ਨੇ ਪਰ ਦੂਜੀ ਗੱਲ ਮੈਂ ਤੁਹਾਨੂੰ ਪ੍ਰੋਫੈਸਰ ਸਾਹਿਬ ਇਹ ਵੀ ਦੱਸਣਾ ਵੀ ਕਈ ਤਾਂ ਲੀਡਰ ਵੀ ਤੇ ਪੁਲਿਸ ਵਾਲੇ ਵੀ ਮਿਲਦੇ ਆ ਇੰਨੇ ਕੁ ਸਲੱਗ ਨੇ ਕਹੀ ਤਾਂ ਉਹਨਾਂ ਚੋਂ ਇਹ ਕਹਿ ਦਿੰਦੇ ਆ ਵੀ ਲੈ ਸਰਕਾਰ ਕੇ ਜਾਂ ਪੁਲਿਸ ਕੀ ਕਰੇ ਹੁਣ ਤੁਸੀਂ ਉਹਦੇ ਜਵਾਕਾਂ ਨੂੰ ਹਟਾ ਲਓ ਮਤਲਬ ਡਿਮਾਂਡ ਖਤਮ ਕਰ ਦਿਓ ਪਰ ਜਦੋਂ ਇੰਨੀ ਸਪਲਾਈ ਹੋ ਜੂਗੀ ਸਪਲਾਈ ਹੱਦੋਂ ਵੱਧ ਹੋ ਰਹੀ ਆ ਤਾਂ ਫਿਰ ਕਿਤੇ ਨਾ ਕਿਤੇ ਉਹ ਵੀ ਤਾਂ ਮਾੜਾ ਪ੍ਰਭਾਵ ਪਾਉਂਦੀ ਆ ਨਾ ਕੱਲੀ ਸਪਲਾਈ ਨਹੀਂ ਹੁੰਦੀ ਇੱਥੇ ਰੱਖ ਦਿਓ ਕੋਈ ਨਸ਼ਾ ਲੈਣ ਦੀ ਆ ਜੂਗਾ ਉਹਨਾਂ ਨੂੰ ਲਾਇਆ ਜਾਂਦਾ ਇੱਕ ਸਿਸਟੈਮੈਟਿਕ ਢੰਗ ਨਾਲ ਜਿਵੇਂ ਮੈਂ ਉਹ ਵਰਜੀਨੀਆ ਤਬਾਕੂ ਦੀ ਅਮਰੀਕਾ ਵਾਲੀ ਐਗਜ਼ੈਂਪਲ ਦਿੰਦਾ ਉਹਨਾਂ ਨੂੰ ਟਰੈਪ ਕੀਤਾ ਜਾਂਦਾ ਬੱਚਿਆਂ ਨੂੰ ਮੈਂ ਕਾਪੀ ਪੰਜ ਸਾਲ ਪਹਿਲਾਂ ਦੀ ਗੱਲ ਆ ਇੱਕ ਬਾਈ ਇਲੈਕਸ਼ਨ ਸੀਗੀ ਕਰਨਤਾਰਨ ਵਾਲੇ ਕਾਲਜ ਚ ਗਏ ਪ੍ਰਿੰਸੀਪਲ ਨੂੰ ਮਿਲੇ ਕਹਿੰਦੇ ਪ੍ਰੋਫੈਸਰ ਸਾਹਿਬ ਕੀ ਦਸੀਏ ਆ ਇਥੇ ਨਿਹੰਗ ਦੇ ਬਾਣੇ ਚ ਆਉਂਦਾ ਸੀ ਮੁੰਡਾ ਇੱਕ ਸਾਡੇ ਅਸੀਂ ਉਹਨੂੰ ਫੜਿਆ ਆ ਕੇ ਨਸ਼ੇ ਵੇਚ ਦਿੰਦਾ ਸੀ ਲੋਕਾਂ ਨੂੰ ਸਕੂਲਾਂ ਕਾਲਜ ਦੇ ਵਿੱਚ ਇਹ ਚੱਲ ਰਿਹਾ ਸਕੂਲਾਂ ਚ ਕਾਲਜਾਂ ਚ ਬੱਚਿਆਂ ਨੂੰ ਕਲੱਬਾਂ ਦੇ ਵਿੱਚ ਜਿੰਮ ਦੇ ਵਿੱਚ ਜਾ ਕੇ ਨਸ਼ੇ ਲਾਏ ਜਾਂਦੇ ਆ ਉਹ ਕਿਤੇ ਪਹਿਲਾ ਮੁੰਡੇ ਯੰਗ ਮੁੰਡੇ ਆ ਯਾਰ ਇੰਨਾ ਰੋਲਾ ਪਿਆ ਮੜ ਜਾ ਦੇਖੀਏ ਕੀ ਹੁੰਦਾ ਉਹ ਦੇਖੀਏ ਦੇਖੀਏ ਇਹਦੇ ਚੱਕਰ ਚ ਫਸ ਜਾਂਦੇ ਆ ਫਸ ਜਾਂਦਾ ਇੱਕ ਵਾਰ ਜਿਹੜਾ ਫਸ ਗਿਆ ਫੇਰ ਉਹਨਾਂ ਨੂੰ ਲੋਗ ਗਾਹਕ ਬਣ ਗਿਆ ਇਸੇ ਸਵਾਲ ਕੱਲਾ ਅਵੇਲੇਬਿਲਟੀ ਦਾ ਨਹੀਂ ਹੈ ਲੋਕਾਂ ਨੂੰ ਵੱਡੇ ਪੱਧਰ ਤੇ ਐਜੂਕੇਟ ਤੇ ਕਰਨਾ ਹੀ ਚਾਹੀਦਾ ਅਵੇਅਰ ਤੇ ਕਰਨਾ ਹੀ ਚਾਹੀਦਾ ਪਰ ਜਿਸ ਕਰਕੇ ਨਸ਼ੇ ਚ ਜਾ ਰਿਹਾ ਟਰੈਪ ਹੋ ਰਿਹਾ ਉਹ ਇੱਕ ਤੇ ਨੈਟਵਰਕ ਡਿਮਾਲਿਸ਼ ਕਰਨਾ ਪਊਗਾ ਉਹਨਾਂ ਨੂੰ ਉਹ ਫੋਰਸ ਨੂੰ ਫੜਨਾ ਪਊਗਾ ਦੂਸਰਾ ਲੋਕਾਂ ਨੂੰ ਵਿਕਲਪਿਕ ਹੈਲਦੀ ਉਮੀਦ ਦੇਣੀ ਤੇ ਕੋਈ ਰੋਜ਼ਗਾਰ ਦੇਣਾ ਜਿਹਦੇ ਵਿੱਚ ਉਹ ਲੱਗੇ ਰਹਿਣ ਤੇ ਇਧਰ ਨੂੰ ਨਾ ਜਾਏ ਇਹ ਵੀ ਬਹੁਤ ਜ਼ਰੂਰੀ ਮੈਂ ਕਿੰਨੇ ਬੰਦਿਆਂ ਨੂੰ ਜਾਣਦਾ ਮੈਂ ਆਪ ਇੰਨਾ ਗੱਲਾਂ ਦੇ ਉੱਤੇ ਬਹੁਤ ਤਜਰਬੇ ਕਰਦਾ ਰਹਿਣਾ ਸ਼ਰਾਬ ਦੇ ਨਸ਼ਿਆਂ ਦੇ ਦੂਜੇ ਵਾਲੇ ਨਸ਼ਿਆਂ ਦੇ ਹਾਰਡ ਨਸ਼ੇ ਦਾ ਤਾਂ ਨਹੀਂ ਸ਼ਰਾਬ ਵਾਲਿਆਂ ਦੇ ਨਸ਼ੇ ਦਾ ਤੇ ਮੇਰਾ ਆਪਣਾ ਕਈਆਂ ਬੰਦਿਆਂ ਦੇ ਨਾਲ ਕਾਫੀ ਤਜਰਬਾ ਜਦ ਤੱਕ ਤੁਸੀਂ ਉਹਨਾਂ ਨੂੰ ਕੰਮ ਨਹੀਂ ਦੋਗੇ ਉਹ ਛੱਡੇ ਨਹੀਂ ਸਕਦੇ ਤੁਸੀਂ ਛੜਾ ਦਿਓ 6 ਮਹੀਨੇ ਨਹੀਂ ਪੀਣਗੇ ਕੰਮ ਨਹੀਂ ਹੈਗਾ ਵਿਲੇ ਬਿਠ ਕੀ ਕਰਨਗੇ ਫਿਰ ਬੋਤਲ ਫੜ ਲੈਂਦੇ ਆ ਜੀ ਉਹਨਾਂ ਨੂੰ ਕੰਮ ਮਿਲ ਜੇ ਮੇਰਾ ਇਹ ਨਜ਼ਰਬਾ ਹੈਗਾ ਕਾ ਫਿਰ ਉਹ ਜਿਹੜੇ ਐਡਿਕਟ ਹੋ ਜਾਂਦੇ ਆ ਅਲਕੋਹਲਿਕ ਅਲਕੋਹਲਿਕ ਹੋ ਜਾਂਦੇ ਉਹਨਾਂ ਚੋਂ ਨਿਕਲ ਸਕਦੇ ਸਾਲ ਕ ਬਾਅਦ ਉਹ ਫਿਰ ਉਹਨਾਂ ਨੂੰ ਲੱਗਣ ਲੱਗ ਜਾਂਦਾ ਨਹੀਂ ਯਾਰ ਆ ਜੀਵਨ ਚੰਗਾ ਆਪਾਂ ਦੂਜੇ ਜੀਵਨ ਚ ਐਵੇਂ ਚਲੇਗੇ ਇਸ ਲਈ ਇਹਦੇ ਲਈ ਇੱਕ ਵੱਡੀ ਸਿਸਟੇਮੈਟਿਕ ਡਾਕਟਰਾਂ ਨਾਲ ਬੈਠ ਕੇ ਸੋਸ਼ਲ ਐਕਟਿਵਿਸਟ ਨਾਲ ਬੈਠ ਕੇ ਜਨਤਾ ਦਾ ਪੰਚਾਇਤਾਂ ਦਾ ਸਾਥ ਲੈ ਕੇ ਉਹਨਾਂ ਮਾਪੇ ਦਾ ਸਾਥ ਲੈ ਕੇ ਉਹਨਾਂ ਨੂੰ ਉਹਨਾਂ ਨੂੰ ਵੈਲਕਮ ਲੱਗੇ ਨਮੋਸ਼ੀ ਨਾ ਲੱਗੇ ਸਟਿਗਮਾ ਨਾ ਲੱਗੇ ਉਹ ਖੁੱਲ ਕੇ ਬੱਚੇ ਨੂੰ ਵੱਡੇ ਪੱਧਰ ਤੇ ਲੈ ਕੇ ਉਹਨਾਂ ਕੇ ਸਾਨੂੰ ਯਾਰ ਇਹਦੇ ਤੋਂ ਰਾਹ ਦਵਾਓ ਸਾਡੀ ਤੇ ਜਮੀਨਾਂ ਵੀ ਵੇਖ ਜੀਆਂ ਘਰ ਦਾ ਗੇਟ ਤੱਕ ਪੁੱਟ ਕੇ ਬਾਰੀਆਂ ਭਾਂਡੇ ਵਿਗ ਗਏ ਆ ਸਾਨੂੰ ਬਚਾ ਲਓ ਬਹੁਤ ਲੋਕੀਂ ਨੇ ਦੁਖਦਾਈ ਹੈਗੇ ਆ ਇਸ ਗੱਲ ਦਾ ਜੇ ਇੱਕ ਕੈਂਪੇਨ ਉਸ ਨੂੰ ਟਾਰਗੇਟ ਕਰਕੇ ਤੇ ਲੋਕਾਂ ਨੂੰ ਸਮਝਾ ਕੇ ਕੀਤੀ ਜਾਏ ਤੇ ਇਹੋ ਜੀ ਕੋਈ ਗੱਲ ਨਹੀਂ ਕਿ ਖਤਮ ਨਹੀਂ ਹੋ ਸਕਦਾ ਸ਼ੁਕਰੀਆ ਪ੍ਰੋਫੈਸਰ ਸਾਹਿਬ ਤੁਹਾਣ ਵਾਸੀ ਸਮੇਂ ਦਾ ਸੋਚਨ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨਾਲ ਗੱਲਬਾਤ ਤੁਸੀਂ ਸੁਣੀ ਸੀ ਨਾਲ ਹੀ ਜਿਨ੍ਹਾਂ ਨੇ ਇਹ ਵੀ ਦੱਸਿਆ ਕਿ ਦਿੱਕਤ ਕਿੱਥੇ ਆ ਨਸ਼ੇ ਦੇ ਵਿੱਚ ਤਾਂ ਨਾਲ ਹੀ ਇਹ ਵੀ ਕਿ ਇਹਦੇ ਹੱਲ ਵੀ ਕਿਵੇਂ ਹੋ ਸਕਦੇ ਨੇ ਸਰਕਾਰ ਚਾਹੇ ਤਾਂ ਕੁਝ ਵੀ ਹੋ ਸਕਦਾ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ